ਇਹ ਪਵਿੱਤਰ ਵੇਈ ਜਿੱਥੇ ਇਹਦੇ ਵਿੱਚ ਦੁਆਰਾ ਅੰਮ੍ਰਿਤ ਜਲ ਆਇਆ ਸਾਫ਼ ਸੁਥਰੀ ਇਹਦੀ ਅਸੀਂ ਦਿੱਖ ਦੇਖਦੇ ਹਾਂ ਜਿੱਥੇ ਦੁਨੀਆ ਭਰ ਤੋਂ ਗੁਰਸੰਗਤਾਂ ਆਣ ਕੇ ਇਸ ਪਵਿੱਤਰ ਵੇਈ ਵਿੱਚ ਇਸ਼ਨਾਨ ਕਰਦੀਆਂ ਦਰਸ਼ਨ ਕਰਦੀਆਂ ਹਰ ਗੁਰਸਿੱਖ ਦਾ ਹਿਰਦਾ ਇਸ ਅੰਮ੍ਰਿਤ ਜਲ ਨੂੰ ਸੱਕ ਕੇ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੀ ਸੂਹ ਨੂੰ ਬਖਸ਼ਿਸ਼ ਨੂੰ ਪ੍ਰਾਪਤ ਕਰਦਾ ਸੋ ਇੱਥੇ ਇਹ ਜਿਹੜਾ ਪਹਿਲਾਂ ਜੀਰੋ ਬੈਲੈਂਸ ਕੁਸ਼ਤੀ ਉਹਨਾਂ ਦੀ ਇਹ ਪ੍ਰੈਕਟਿਸ ਚੱਲਦੀ ਸੀ ਹੁਣ ਇਹਨਾਂ ਵਾਸਤੇ ਜਿਹੜੀ ਵੱਡੀ ਕਿਸ਼ਤੀ ਹੈ ਜਿਹਦੇ ਵਿੱਚ ਜ਼ਿਆਦਾ ਬੈਠ ਕੇ ਕਿਸ਼ਤੀ ਨੂੰ ਚਲਾਉਂਦੇ ਆ ਇਹ ਵੀ ਇੱਥੇ ਸ਼ੁਰੂ ਕੀਤਾ ਇਹ ਪੰਜਾਬ ਦੇ ਵਿੱਚ ਪਾਣੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਗੇਮਾਂ ਹੈ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਰਾਸ਼ਟਰੀ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹੁਣ ਇੱਥੇ ਸਪੋਰਟਸ ਕਲੱਬ ਇਹਨਾਂ ਦਾ ਬਣਾ ਕੇ ਅਤੇ ਇੱਥੇ ਜਿਹੜਾ ਹੈ ਟ੍ਰੇਨਿੰਗ ਬੱਚਿਆਂ ਨੂੰ ਉਹ ਦਿੱਤੀ ਜਾਊਗੀ ਤਾਂ ਕਿ ਉਹ ਇਹ ਪਾਣੀ ਦੀ ਅਹਿਮੀਅਤ ਨੂੰ ਜਦੋਂ ਇੱਥੇ ਖੇਡਾਂ ਹੋਣਗੀਆਂ ਤਾਂ ਸਾਡੇ ਬੱਚੇ ਦੇਖਣਗੇ ਇਸ ਪਾਣੀ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਇਹ ਜਿਹੜੀ ਹੈਗੀ ਆ ਸਾਡਾ ਪਾਣੀ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਸੋ ਇੱਕ ਵਧੀਆ ਗੱਲ ਆ ਕਿ ਵਧੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੱਚੇ ਜਿਹੜੇ ਹੈ ਇੱਥੇ ਟ੍ਰੇਨਿੰਗ ਲੈ ਰਹੇ ਆ ਅਤੇ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ 500 ਪ੍ਰਾਪਤ ਪਵਿੱਤਰ ਵੇਈ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਨਾਮ ਦੇ ਨਾਲ ਸੰਬੰਧਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੱਚੇ ਇੱਥੇ ਟ੍ਰੇਨਿੰਗ ਲੈ ਰਹੇ ਆ ਇਹ ਗੁਰੂ ਨਾਨਕ ਦਾ ਵੇਈ ਗੁਰੂ ਨਾਨਕ ਦਾ ਸਾਰਿਆਂ ਲਈ ਸਾਂਝਾ ਅਤੇ ਸਾਨੂੰ ਇੱਥੇ ਵੱਧ ਤੋਂ ਵੱਧ ਜਿਹੜਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਸਾਨੂੰ ਇੱਥੇ ਦਰਸ਼ਨ ਕਰਕੇ ਉਹਨਾਂ ਦੀ ਅਮਰ ਇਤਿਹਾਸ ਦੇ ਨਾਲ ਬਖਸ਼ਿਸ਼ਾਂ ਮਿਲ ਗਈਆਂ ਅੱਜ ਦੇ ਸਮੇਂ ਅਨੁਸਾਰ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਜੋ ਕਰਨ ਦਾ ਸਮਾਂ ਮਿਲਦਾ ਕਿਸ਼ਤੀ ਦੇ ਵਿੱਚ ਇਹਦੇ ਨਾਲ ਸਾਡੇ ਬੱਚਿਆਂ ਦੇ ਉੱਤੇ ਵੀ ਵਧੀਆ ਪ੍ਰਭਾਵ ਜਾਊਗਾ ਸਾਡੇ ਬੱਚਿਆਂ ਅੰਦਰ ਇਹ ਚੇਤਨਾ ਪੈਦਾ ਹੋਊਗੀ ਇਸ ਇਲਾਕੇ ਦੇ ਬੱਚੇ ਜਿਹੜੇ ਆ ਇਸ ਖੇਡ ਨੂੰ ਅਪਣਾਉਣਗੇ।